ਫਿਰ ਥੱਲੇ ਹੀਰਾ ਜਿਹਾ ਬਣ ਕੇ ਨੀ ਮਸ਼ੀਨ ਥੱਲੇ ਲੱਗ ਜਾਂਦਾ ਗਾ, ਇਹ ਸਾੜਦੀ ਨੀ, ਉੱਤੋਂ ਉੱਤੋਂ ਚੱਕੀ ਜਾਂਦਾ ਤਾਂ ਵਾਹਨ ਵਧੀਆ ਸਾਫ਼ ਹੋ ਜਾਣਾ। ਜਦੋਂ ਇਹ ਪਾਉਣੇ ਆ ਤਾਂ ਪਸ਼ੂ ਦੁੱਧ ਵੀ ਵਧਦਾ, ਇਹਦੇ ਵਿੱਚ ਕਿਵੇਂ ਮਰਜ਼ੀ ਬਿਜਾਈ ਕਰ ਲਓ, ਜਿਹੜੀ ਸਿੱਧੀ ਬਿਜਾਈ ਕਰਦੇ ਆ ਆਪਾਂ ਜੀਰੋ ਡਰ ਕਰਨੀ ਆ ਜਿਵੇਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਪੇਜ ਤੇ। ਸੋ ਜਿਵੇਂ ਕਿ ਤੁਹਾਨੂੰ ਪਤਾ ਗਾ ਕਿ ਸਰਕਾਰ ਨੇ ਵੀ ਇਸ ਤੇ ਸਕੰਜਾ ਕਸਿਆ ਹੋਇਆ ਕਿ ਇਸ ਵਾਰ ਪੰਜਾਬ ਦੇ ਵਿੱਚ ਜਿਹੜੇ ਝੋਨੇ ਦੀ ਪਰਾਲੀ ਨੂੰ ਅੱਗ ਨੂੰ ਲੈ ਕੇ ਕਿ ਅੱਗ ਨਹੀਂ ਲਾਉਣੀ ਹੈਗੀ, ਕਿ ਇਹਦੇ ਬਹੁਤ ਸਾਰੇ ਜਿਹੜੇ ਨੁਕਸਾਨ ਹੁੰਦੇ ਨੇ, ਕਿ ਵਾਤਾਵਰਨ ਪ੍ਰਦੂਸ਼ਿਤ ਹੁੰਦਾ, ਕਿ ਬਿਮਾਰੀਆਂ ਬਹੁਤ ਸਾਰੀਆਂ ਹਨਾ ਪੈਦਾ ਹੁੰਦੀਆਂ ਨੇ। ਸੋ ਇਹਦੇ ਲਈ ਇੱਕ ਬਾਈ ਹੋਰਾਂ ਨੇ ਬਹੁਤ ਸੋਹਣਾ ਇੱਕ ਬਦਲ ਕੱਢਿਆ ਹੈਗਾ ਇਸ ਵਾਰ, ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ, ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਕਿ ਕੀ ਬਾਈ ਹੋਰੇ ਇਸ ਵਾਰ ਫਾਇਦਾ ਕਰ ਰਹੇ ਨੇ ਹਨਾ। ਸੋ ਬਾਈ ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲਾਂ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਪਿੰਡ ਦੱਸੋ ਜੀ। ਇੱਕ ਪਿੰਡ ਆ ਬਾਈ ਮੇਰਾ, ਘੁੰਮਣ ਕਲਾ ਮੌੜ ਮੰਡੀ ਦੇ ਕੋਲ ਆ ਜੀ। ਸੋ ਬਾਈ ਹੋਰਾਂ ਨੇ ਇਸ ਵਾਰ ਚਲਾ ਰੱਖੀ ਹੈ ਜੀ ਮਸ਼ੀਨ, ਜਿਵੇਂ ਆਪਾਂ ਕਣਕ ਵੱਢ ਕੇ ਤੂੜੀ ਵਾਲੀ ਮਸ਼ੀਨ ਚਲਾਉਣੇ ਆ, ਇਸ ਵਾਰ ਬਾਈ ਹੋਰਾਂ ਨੇ ਨਾ ਮਸ਼ੀਨ ਚਲਾ ਰੱਖੀ ਆ, ਜਿਹੜੀ ਕਿ ਜਦੋਂ ਆਪਾਂ ਝੋਨਾ ਵੱਢਦਾ ਨੇ ਉਸ ਤੋਂ ਬਾਅਦ ਇਹ ਤੂੜੀ ਬਣਾਉਂਦੇ ਆ। ਸੋ ਬਾਈ ਜਿਵੇਂ ਹਨਾ ਇਸ ਵਾਰ ਆਪਾਂ ਤੂੜੀ ਬਣਾ ਰਹੇ ਹਾਂ ਹਨਾ, ਤੇ ਲੋਕਾਂ ਦਾ ਕੀ ਰਿਸਪੌਂਸ ਆ ਰਿਹਾ ਹੈਗਾ, ਵੀ ਕੀ ਚਾਹੁੰਦੇ ਆ ਲੋਕ? ਚਾਹੁੰਦੇ ਤਾਂ ਬਾਈ ਇਹੀ ਆ ਲੋਕ ਵੀ ਆਪਣਾ ਅੱਗ ਘੱਟ ਲੱਗੇ ਮੰਨ ਲਾ। ਹਾਂ, ਪਰ ਜਦੋਂ ਬੇਵਸੀ ਹੋ ਜਾਂਦੀ ਆ ਜਿਵੇਂ ਹੁਣ ਸਬਸਿਡੀ ਦੀ ਜਾਂਦੇ ਵੱਡੇ ਸੰਦਾਂ ਤੇ ਹਨਾ, ਉਹ ਟਰੈਕਟਰ ਓਡੇ ਹੈ ਨਹੀਂ ਆਪਣੇ ਕੋਲ ਉਨੀ ਹੌਸ ਪਾਵਰ ਦੇ, ਤਾਂ ਉਹੀ ਦਿੱਕਤ ਆਉਂਦੀ ਆ ਫਿਰ ਅਨਸਰ ਦੇ ਨੂੰ ਆਪਾਂ ਨੂੰ ਅੱਗ ਲਾਉਣੀ ਪੈਂਦੀ ਆ, ਅੱਗ ਲਾਉਣੀ ਪੈਂਦੀ ਆ ਜੀ। ਹੁਣ ਅਸੀਂ ਮਸ਼ੀਨ ਬਾਈ ਚਲਾਈ ਆ, ਦੇਖ ਘਰੇ ਖੜੀ ਸੀ ਪਹਿਲਾਂ ਇਹ ਤੇ ਬੇਲੀ ਵੀ ਖੜੀ ਸੀ, ਹੁਣ ਸਾਨੂੰ ਕਿਸੇ ਬੰਦੇ ਨੇ ਰਾਏ ਦਿੱਤੀ ਵੀ ਇਹਦਾ ਜਾਲ ਬਦਲੋ ਜੀ, ਅਸੀਂ ਜਾਲ ਇਹਦਾ ਪਹਿਲਾਂ 40 ਸਰੀਆਂ ਵਾਲਾ ਸੀ, ਅੱਛਾ 20 ਵਾਲਾ ਕਰਤਾ। ਅੱਛਾ, ਇਹ ਡਿਫਰੈਂਸ ਹੁੰਦਾ ਬਈ ਉਹਦੇ ਵਿੱਚ, ਜਿਵੇਂ ਆਪਾਂ ਕਹਿ ਦਈਏ ਵੀ ਕਣਕ ਵਾਲੀ ਦੇ ਨਾਲੋਂ ਤੇ ਇਹਦੇ ਨਾਲੋਂ ਇਹਦਾ ਫਰਕ ਹੁੰਦਾ ਬਈ? ਹਾਂ, ਅੱਛਾ ਇਹਦਾ ਫਰਕ ਹੁੰਦਾ, ਕਿਉਂਕਿ ਟਾਂਗਰ ਫਿਰ ਗਿੱਲਾ ਆ ਜਾਂਦਾ ਜਾਣ ਚ ਹੁੰਦਾ ਦੇ, ਹਾਂ ਥੋੜਾ ਜਾਣ ਤੇ ਇਹਦਾ ਹੁਣ 20 ਵਾਲਾ ਪਾਇਆ ਬਿਰਲਾ ਹੋਗਾ ਥੋੜਾ। ਤੇ ਹੁਣ ਤੁਸੀਂ ਦੇਖੀ ਜਾਣੇ ਇਹਦੇ ਵਿੱਚ ਕਿਵੇਂ ਮਰਜ਼ੀ ਬਿਜਾਈ ਕਰ ਲਓ, ਜਿਹੜੀ ਸਿੱਧੀ ਬਿਜਾਈ ਕਰਦੇ ਆਪਾਂ ਜੀਰੋ ਡਰਿਲ ਕਰਨੀ ਆ ਜਿਵੇਂ, ਹਾਂ ਇਹਦੇ ਵਿੱਚ ਕੋਈ ਆਪਾਂ ਨੂੰ ਦਿੱਕਤ ਨਹੀਂ ਆਉਂਦੀ, ਕੋਈ ਦਿੱਕਤ ਨਹੀਂ। ਸੋ ਦੋਸਤੋ ਤੁਸੀਂ ਦੇਖ ਸਕਦੇ ਹੋ, ਸੋ ਜਿਹੜੇ ਵੀਰ ਭਰਾ ਅੱਗੇ ਕੀ ਹੁੰਦਾ ਸੀਗਾ ਕਿ ਕੋਈ ਬਦਲ ਨਹੀਂ ਹੈਗਾ ਸੀਗਾ ਕਿ ਅੱਗ ਲਾਉਣੀ ਮਜਬੂਰੀ ਬਣ ਜਾਂਦੀ ਸੀਗੀ, ਸੋ ਇਸ ਵਾਰ ਇਹਦੇ ਦੋ ਤਿੰਨ ਫੈਕਟ ਇਹ ਵੀ ਆ ਕਿ ਜਿਹੜਾ ਤੂੜੀ ਦਾ ਰੇਟ ਆ ਉਹ ਬਹੁਤ ਜ਼ਿਆਦਾ ਹਾਈ ਹੋ ਗਿਆ ਹਨਾ, ਸੋ ਤੂੜੀ ਦਾ ਰੇਟ ਨੂੰ ਦੇਖਦੇ ਹੋਏ ਫਾਰਮਰ ਭਰਾਵਾਂ ਨੇ ਇੱਕ ਇਹ ਵੀ ਸੋਚਿਆ ਕਿ ਇੱਕ ਇਹਦੀ ਤੂੜੀ ਆ ਜਿਹੜੀ ਉਹ ਬਣਾਈ ਜਾਵੇ, ਤੇ ਬਾਈ ਆਪਣੀ ਮਸ਼ੀਨ ਆ ਜਿਹੜੀ ਇਹ ਚੱਲਦੀ ਨੂੰ ਹੁਣ ਕਿੰਨਾ ਕੁ ਚਿਰ ਹੋ ਗਿਆ? ਇਹ ਆਪਾਂ ਕੱਲ੍ਹ ਚਲਾਈ ਹੈ ਬਾਈ। ਅੱਛਾ, ਕੱਲ੍ਹ ਚਲਾਈ ਹੈ, ਕੱਲ੍ਹ ਚਲਾਈ, ਠੀਕ ਹੈ। ਤੇ ਮਤਲਬ ਕਿੰਨੀਆਂ ਟਰਾਲੀਆਂ ਬਾਈ ਉਹਦੇ ਨਾਲੋਂ ਫਰਕ ਆ ਜਿਹੜੀ ਆਪਾਂ ਕਣਕ ਵਾਲੀ ਦੀ ਬਣਾਉਣੇ ਹੁੰਦੇ ਆ ਤਾਂ ਇਹਦੇ ਨਾਲੋਂ? ਉਹਦੇ ਨਾਲ ਬਾਈ ਤੂੜੀ ਦਾ ਤਾਂ ਖੈਰ ਫਰਕ ਉਹ ਚੀਜ਼ ਤਾਂ ਨਹੀਂ ਬਣਦੀ, ਖੈਰ ਉਹ ਤੂੜੀ ਜਿਵੇਂ ਹੁਣ ਨੌਰੇ ਨੂਰੇ ਵਾਲੇ ਹੋ ਗਏ ਮੰਨ ਲਓ, ਅਸੀਂ ਨੌਰਿਆਂ ਛਿੱਟੀ ਜਾਂਦੇ ਮੌੜ, ਉੱਥੇ 100-100 ਟਰਾਲੀ ਸਟਿਆਉਣੀ ਉਹਨਾਂ ਨੇ। ਅੱਛਾ, ਹੁਣ ਉਹ ਦੇਖ ਲਾ ਹੁਣ ਇੰਨਾ ਇੰਨਾ ਮਾਲ ਪਾਈ ਬੈਠੇ ਨੇ, ਹੁਣ 1000 ਰੁਪਏ ਦੀ ਭਾਜੀ ਕਿੱਥੋਂ ਪਾਉਣਗੇ? ਉਹ ਵੀ 1000 ਵਸੇ, ਤੂੜੀ ਦਾ ਬਹੁਤ ਰੇਟ ਆ ਕੇ ਦੇਖ, ਬਹੁਤ ਜ਼ਿਆਦਾ ਰੇਟ ਹੈ। ਉਹ ਇਹਦਾ ਪਾਉਣ ਚ ਕੋਈ ਫਰਕ ਨਹੀਂ ਹੈ, ਕਹਿੰਦੇ ਉਹਨਾਂ ਨੇ ਦੱਸਣ ਦੀ ਗੱਲ ਆ, ਉਹ ਕਹਿੰਦੇ ਜਦੋਂ ਇਹ ਪਾਉਣੇ ਆ ਤਾਂ ਪਸ਼ੂ ਦੁੱਧ ਵੀ ਵੱਧਦਾ। ਅੱਛਾ, ਇਹ ਪਾਉਣ ਨਾਲ ਦੁੱਧ ਵੱਧਦਾ? ਇਹ ਪਾਉਣ ਨਾਲ, ਹਾਂ ਜਿਹੜੀ ਆਪਾਂ ਦੂਜੀ ਤੂੜੀ ਪਾਉਣੇ ਉਹਦੇ ਨਾਲ ਕੋਈ ਫਰਕ ਨਹੀਂ, ਇਹਦੇ ਨਾਲ ਕਹਿੰਦੇ ਦੁੱਧ ਵੀ ਵੱਧਦਾ। ਅੱਛਾ, ਇਹ ਬਾਈ ਫਿਰ ਉਹਦੇ ਵਿੱਚ ਸਾਈਲੇਜ ਵਗੈਰਾ ਚ ਮਿਕਸ ਕਰਕੇ ਦੇਣਗੇ ਜਾਂ ਵੀ ਉਹ ਹਰੇ ਚਾਰੇ ਦੇ ਵਿੱਚ ਜਿਵੇਂ ਹਰਾ ਹੁੰਦਾ ਆਪਣੇ ਮੌਸਮੀ ਹਰਾ ਹੁੰਦਾ ਜਿਵੇਂ ਬਰਸੀਮ ਵਗੈਰਾ ਹੋ ਗਈ? ਨਹੀਂ, ਥੋੜਾ ਮੋਟਾ ਤਾਂ ਮਿਕਸ ਕਰਦੇ ਬਾਈ ਉਹ। ਅੱਛਾ, ਕੋਈ ਬਾਲਾ ਨਹੀਂ ਪਾਉਂਦੇ ਆਂ ਵੀ ਵੱਧੇ ਹੀ ਵਰਤਦੇ ਆ। ਵੱਧੇ ਹੀ ਵਰਤਣ ਲੱਗ ਗਏ ਹਨਾ, ਵੱਧੇ ਹੀ ਵਰਤਦੇ। ਸੋ ਦੋਸਤੋ ਇਹ ਬਹੁਤ ਵਧੀਆ ਇੱਕ ਬਦਲ ਹੈਗਾਗਾ ਕਿ ਜਿਵੇਂ ਤੂੜੀ ਦਾ ਰੇਟ 1000 ਰੁਪਿਆ ਚੱਲੀ ਜਾਂਦਾਗਾ ਹੁਣ ਹਨਾ ਆਪਣੇ ਪੰਜਾਬ ਦੇ ਵਿੱਚ, ਸੋ ਇਹ ਜਿਵੇਂ ਹੁਣ ਅੱਗ ਨਾ ਲਾਇਓ ਇਸ ਵਾਰ, ਸੋ ਸਾਰਿਆਂ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਆਂ ਕਿ ਪਲੀਜ਼ ਆਪਣੇ ਖੇਤਾਂ ਦੇ ਵਿੱਚ ਅੱਗ ਨਾ ਲਾਇਓ, ਕਿ ਤੁਸੀਂ ਉਹਦੀ ਜਗ੍ਹਾ ਦੇ ਉੱਪਰ ਕਰਚੇ ਸਿਰਫ ਤੁਸੀਂ ਵੱਢ ਲਓ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਹੈਗੀ ਆ ਤੂੜੀ ਬਣਾ ਲਓ। ਜੇਕਰ ਕੋਈ ਵੀਰ ਭਰਾ ਚਾਹੁੰਦਾ ਹੈਗਾ ਕਿਸੇ ਲੋੜਵੰਦ ਨੂੰ ਦੇ ਦਿਓ, ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਇਹ ਵਿਕਦੀ ਆ। ਅੱਛਾ ਬਾਈ, ਆਪਾਂ ਜੇ ਰੇਟ ਦੀ ਗੱਲ ਕਰੀਏ ਹਨਾ, ਹੁਣ ਰੇਟ ਕੀ ਚੱਲਦਾ? ਰੇਟ ਇਹਦਾ ਬਾਈ ਆਪਾਂ ਨੂੰ ਮਿਲਦਾ ਹੁਣ 400 ਰੁਪਏ ਕੁਇੰਟਲ, 400 ਰੁਪਏ ਕੁਇੰਟਲ ਮਿਲਦਾ ਹੈ ਵੀ ਨੌਰੇ ਵਾਲੇ ਕਹਿੰਦੇ ਵੀ 400 ਰੁਪਏ ਕੁਇੰਟਲ ਲੈ ਲਿਓ, 400 ਕੁਇੰਟਲ ਦੇ ਰੇਟ ਦੇ ਹਿਸਾਬ ਨਾਲ ਆਪਾਂ ਛਿੱਟੀ ਜਾਂਦੇ ਇਹਦੇ ਵਿੱਚ ਪੈ ਜਾਂਦੀ ਆ, ਘੱਟੋ ਘੱਟ 6 ਕੁ ਕੁਇੰਟਲ ਇਹਦੇ ਵਿੱਚ ਪੈ ਜਾਂਦੀ ਆ। 6 ਕੁਇੰਟਲ ਇਹਦੇ ਵਿੱਚ ਪੈ ਜਾਂਦੀ ਆ, ਵਿੱਚ ਪੈ ਜਾਂਦੀ ਟਰਾਲੀ ਜੀ। ਹੁਣ ਕੱਲ ਅੱਜ ਅਸੀਂ ਇਹ ਚਲਾਈ ਸੀਗੀ, ਕੱਲ ਨੂੰ ਅਸੀਂ ਆਪਣੇ ਕੋਲ ਇੱਕ ਹੋਰ ਮਸ਼ੀਨ ਆ ਦੂਜੀ, ਕੱਲ ਨੂੰ ਆਪਾਂ ਉਹ ਵੀ ਚਲਾ ਰਹੇ। ਅੱਛਾ, ਆਪਣੇ ਵਧੀਆ ਰਿਸਪੌਂਸ ਚੱਲ ਰਹੇ ਹਾਂ ਬਈ ਇਹਦਾ, ਤੇ ਬਈ ਤੇਲ ਕਿੰਨਾ ਕੁ ਖਾ ਜਾਂਦਾ ਹੈਗਾ ਟਰੈਕਟਰ? ਤੇਲ ਤਾਂ ਬਈ ਇਹ ਲੋਡ ਦੇ ਹਿਸਾਬ ਨਾਲ, ਬਾਕੀ ਇਹ ਟਰਾਲੀ ਤੇ ਖਾਂਦਾ ਹੈਗਾ 3-3.5 ਲੀਟਰ ਖਾਂਦਾ ਹੈ, 3-3.5 ਲੀਟਰ ਦੇ ਵਿੱਚ ਖਾਂਦਾ ਹੈਗਾ। ਸੋ ਦੋਸਤੋ ਜੇ ਆਪਾਂ ਖਰਚੇ ਦੀ ਗੱਲ ਕਰੀਏ, ਖਰਚਾ ਵੀ ਬਿਲਕੁਲ ਜਾਇਜ਼ ਹੀ ਹੈਗਾ ਗਾ ਬਈ। ਆਪਾਂ ਗੱਲ ਕਰਦੇ ਹਾਂ ਜਦੋਂ ਆਪਣਾ ਫਾਰਮਰ ਭਰਾ ਝੋਨਾ ਵੱਢ ਲੈਂਦਾ ਹਨਾ, ਤੇ ਉਸ ਤੋਂ ਬਾਅਦ ਬਈ ਫਿਰ ਇਹ ਕਈ ਵਾਰੀ ਕੀ ਕਹਿੰਦੇ ਹੁੰਦੇ ਖੜੇ ਖਰਚਿਆਂ ਤੇ ਵੀ ਬਈ ਲੱਗ ਜਾਂਦੇ? ਖੜੇ ਤਾਂ ਨਹੀਂ ਚੱਲਦੇ ਬਈ, ਇਹਦੇ ਖਰਚੇ ਕੱਟਣੇ ਪੈਂਦੇ ਆਪਾਂ ਨੂੰ। ਅੱਛਾ, ਇੱਕ ਵਾਰੀ ਖਰਚੇ ਕੱਟਤੇ 5ਵੇਂ ਕਿ ਦਿਨ ਮੰਨ ਲਾ, 5ਵੇਂ ਜਾਂ 6ਵੇਂ ਦਿਨ ਸੁੱਕ ਜਾਂਦੇ ਵਧੀਆ, ਉਦੋਂ ਬਾਅਦ ਦੁਬਾਰੇ ਫੇਰ ਕੱਟਰ ਫੇਰਦੇ। ਅੱਛਾ, ਉਹਦੇ ਨਾਲ ਹਲਿਆ ਕੇ ਬਸ ਆ ਜਿਵੇਂ ਹਲਿਆ ਜਾਂਦੇ ਸਾਰੇ।
ਮਤਲਬ ਵੱਢ ਦੋ ਜਿਹੜੇ ਕੱਚੇ ਵੱਢ ਕੇ ਬਾਈ ਦੁਬਾਰੇ ਫਿਰ ਇੱਕ ਵਾਰੀ ਹਲਿਉਣੇ ਪੈਂਦੇ ਆ ਹਲਿਉਣੇ ਪੈਂਦੇ ਆ ਫਿਰ ਉਹਦੇ ਰੀਪਰ ਨਾਲ ਹੀ ਹਲਿਉਣੇ ਪੈਂਦੇ ਰੀਪਰ ਨਹੀਂ ਬਾਈ ਰੀਪਰ ਅੱਛਾ ਹਾਂ ਸੋ 4-5 ਦਿਨ ਲੈ ਜਾਂਦਾ ਜੀ ਉਹਦੇ ਨਾਲ ਪ੍ਰੋਪਰ ਜਿਹੜਾ ਲਾਂਗਾ ਉਹ ਪ੍ਰੋਪਰ ਸੁੱਕ ਕੇ ਜਾਂਦਾਗਾ ਫਿਰ ਮਸ਼ੀਨ ਵੀ ਸੌਖੀ ਚੱਲਦੀ ਹੈਗੀ ਆ ਤੇ ਕੰਮ ਵੀ ਵਧੀਆ ਨਿਪੜਦਾ ਹੈਗਾ 4-5 ਦਿਨ ਤਾਂ ਬਾਈ ਉਂ ਵੀ ਲੱਗ ਜਾਂਦੇ ਦੇਖ ਜੇ ਆਪਾਂ ਵੜਦੇ ਆ ਝੋਨਾ ਵੜਤਾ ਅੱਜ ਵੜਤਾ ਜੇ ਗੱਠਾਂ ਵੀ ਬਣਾਉਣੇ ਆਪਾਂ ਦੇਖ ਉਹਨੂੰ ਵੀ ਖਰਚੇ ਤਾਂ ਕੱਟ ਕੇ ਦੇਣੇ ਪੈਂਦੇ ਆ ਖਰਚੇ ਤਾਂ ਗੱਠਾਂ ਵਾਸਤੇ ਵੀ ਜੇ ਆਪਾਂ ਦੂਜੀ ਤੂੜੀ ਦੇ ਹਿਸਾਬ ਨਾਲ ਦੇਖੀਏ ਹਾਂ ਬਾਈ ਹਾਂ ਤੇ ਬਹੁਤ ਵਧੀਆ ਬਦਲਾ ਬਾਈ ਪਲੀਜ਼ ਦੋਸਤੋ ਅੱਗ ਨਾ ਲਾਇਓ ਤੇ ਜੇਕਰ ਤੁਸੀਂ ਇਹ ਸੇਲ ਵੀ ਹੁੰਦੀ ਹੈ ਹਨਾ ਬਾਈ ਜਿਵੇਂ ਤੁਸੀਂ ਸੇਲ ਹੁੰਦੀ ਹੈ ਬਾਈ ਬਾਦੂ ਆਪਾਂ ਤਾਂ ਬੁੱਕ ਇੰਨਾ ਹੋਇਆ ਪਿਆ ਮਾਲ ਹੱਥੋਂ ਪੂਰਾ ਬਣਦਾ ਨਹੀਂ ਬਾਈ ਉਹਨਾਂ ਅੱਛਾ ਪੂਰਾ ਬਣਦਾ ਨਹੀਂ ਤਾਂ ਜੋ ਇਸ ਗੱਲ ਦੇ ਮਾਰੇ ਅਸੀਂ ਕੱਲ ਨੂੰ ਦੂਜੀ ਮਸ਼ੀਨ ਚਲਾਉਣੇ ਆਪਦੀ ਅੱਛਾ ਮਤਲਬ ਦੋ ਮਸ਼ੀਨਾਂ ਚਲਾਉਣੀਆਂ ਹਾਂ ਦੋ ਮਸ਼ੀਨਾਂ ਇੱਕ ਬਾਈ ਫਾਇਦਾ ਤਾਂ ਦੇਖੇ ਦਾ ਆਇਆ ਦੇਖੋ ਮਾਲ ਚੱਕਿਆ ਗਿਆ ਸੁਪਰ ਸੀਡਰ ਤੇ ਘੱਟੋ ਘੱਟ ਦੇਸਾਂ ਦਾ ਖਰਚਾ ਆਇਆ ਮੰਨ ਕੇ ਚੱਲ 11 ਤੋਂ 12 ਲੀਟਰ 14 ਲੀਟਰ ਤੱਕ ਵੀ ਟਰੈਕਟਰ ਤੇਲ ਖਾਂਦਾਗਾ ਉਹਦੇ ਚ ਜੀ ਇਹ ਹੁਣ ਮੰਨ ਲੈ 3-4 ਲੀਟਰ ਨਾ ਟਰਾਲੀ ਭਰੀ ਵਾਹਨ ਦੇਖ ਲਓ ਤੁਹਾਡੇ ਸਾਹਮਣੇ ਵਾਹਨ ਜਮਾ ਹੈ ਮਤਲਬ ਜੀਰੋ ਡਰਲ ਚਲਦੀ ਹੋ ਜਾਂਦੀ ਇਹਦੇ ਵਿੱਚ ਜੀਰੋ ਡਰਲ ਜਮਾ ਆਰਾਮ ਨਾਲ ਚਲਦੀ ਹੋਣਾ ਬਾਈ ਕੋਈ ਦਿੱਕਤ ਨਹੀਂ ਆਉਗੀ ਕੋਈ ਦਿੱਕਤ ਨਹੀਂ ਆਉਂਦੀ ਬਾਈ ਇਹਦੇ ਵਿੱਚ ਆਪਣੇ ਉਹ ਖਰਚੇ ਵੀ ਘਟ ਗਏ ਹਨਾ ਉਧਰੋਂ ਤੇ ਬਾਈ ਇੱਕ ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ ਕਿ ਮੈਸੇਜ ਬਾਈ ਇਹੀ ਆ ਕਿ ਯਾਰ ਵਾਤਾਵਰਨ ਆ ਜਿਹੜਾ ਆਪਣਾ ਹਰ ਵਾਰੀ ਆਪਾਂ ਇੰਨੀਆਂ ਗੱਲ ਆਉਂਦੇ ਸੀਗੇ ਚਲੋ ਉਦੋਂ ਕੋਈ ਬਦਲ ਨਹੀਂ ਸੀਗਾ ਸੋ ਹੁਣ ਹੌਲੀ ਹੌਲੀ ਜਿਹੜੀ ਫਾਰਮਰ ਆਪਣੇ ਥੋੜੇ ਜਿਹਾ ਸੋਚਦੇ ਆ ਇਸ ਚੀਜ਼ ਵੱਲ ਨੂੰ ਆ ਰਹੇ ਆ ਇਧਰ ਜਿਵੇਂ ਕਿ ਜਿਵੇਂ ਆਪਦੇ ਏਰੀਆ ਦੀ ਗੱਲ ਕਰਾਂ ਤਾਂ ਸਾਡੇ ਕੰਨੀ ਇਸ ਵਾਰ ਬਾਈ ਤੁਸੀਂ ਵੀ ਦੇਖਿਆ ਹੋਣਾ ਕਿ ਆਪਣੇ ਅੱਗਾਂ ਬਹੁਤ ਹੁਣ ਘੱਟ ਲੱਗ ਰਹੀਆਂ ਅੱਗ ਬਾਈ ਆਪਣੇ ਨਾ ਮਜਬੂਰੀ ਬਣ ਜਾਂਦੀ ਹੈ ਲਾਉਣੀ ਕੋਈ ਵੀ ਨਹੀਂ ਚਾਹੁੰਦਾ ਹਾਂ ਪਰ ਮਜਬੂਰੀ ਬਣ ਜਾਂਦੀ ਹੈ ਅੱਗ ਲਾਉਣ ਦੇ ਹੁਣ ਇੰਨਾ ਟਾਂਗਰ ਕਿੱਥੇ ਕਪਾਈਏ ਗੱਠਾਂ ਵੀ ਬਣਾ ਲੈਂਦੇ ਆ ਉਹਨਾਂ ਤੋਂ ਵੀ ਇੰਨੀ ਪਹੁੰਚ ਨਹੀਂ ਹੁੰਦੀ ਗਾਂ ਚੱਕੀ ਨਹੀਂ ਆਂਦੀ ਫੈਕਟਰੀ ਵਾਲਿਆਂ ਕੋਲੇ ਮਾਲ ਨਹੀਂ ਉੱਥੇ ਲੈਂਦਾ ਨਹੀਂ ਪੂਰਾ ਖੜੀਆਂ ਰਹਿੰਦੀਆਂ ਨੇ ਫਿਰ ਵਾਹਨ ਸੁੱਕਣ ਲੱਗ ਜਾਂਦੇ ਜਦੋਂ ਗੱਠਾਂ ਬਣਾਉਂਦੇ ਵਾਹਨ ਸਾਫ਼ ਹੋ ਜਾਂਦਾ ਦੇਖ ਫਿਰ ਵਾਹਨ ਰੁੱਖੇ ਹੋਣ ਲੱਗ ਜਾਂਦੇ ਆ ਦਿੱਕਤ ਇਹ ਵੀ ਆਉਂਦੀ ਨਾ ਜੀ ਸੋ ਦੋਸਤੋ ਬਾਈ ਜੀ ਜੇਕਰ ਮੈਂ ਤੁਹਾਡੀ ਗੱਲ ਕਰਾਂ ਵੀ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਨਾ ਵੀ ਸੁਨੇਹਾ ਤਾਂ ਬਾਈ ਇਹੀ ਦੇਣਾ ਚਾਹੁੰਦੇ ਆਪਾਂ ਦੇਖੋ ਹੁਣ ਅਸੀਂ ਬਣਾ ਰਹੇ ਹਾਂ ਟੰਗਰ ਦੀ ਤੂੜੀ ਸਾਨੂੰ ਮੁਨਾਫਾ ਵੀ ਹੋ ਰਿਹਾ ਬਾਈ ਮੁਨਾਫਾ ਵੀ ਹੋ ਰਿਹਾ ਪੈਸਾ ਵੀ ਬਾਈ ਦੇਖੋ ਪੈਸਾ ਵੀ ਬਣ ਰਿਹਾ ਬਾਈ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਵੀ ਆਪੋ ਆਪਦੀ ਵੀ ਬਣਾਉਣ ਲੱਗ ਜਾਣਾ ਚਲੋ ਹਾਂ ਬਿਲਕੁਲ ਦੋ ਚਾਰ ਕਿੱਲਿਆਂ ਦੀ ਬਣਾਉਣਗੇ ਤਾਂ ਸਾਰਿਆਂ ਕੋਲ ਮਸ਼ੀਨਾਂ ਦਾ ਲਗਭਗ ਆਪਣੇ ਪਿੰਡ ਦੇ ਵਿੱਚ ਹੀ ਲਾ ਲਓ ਤੁਸੀਂ ਹੁੰਦੀਆਂ ਬਾਈ ਲੱਗ ਹੁੰਦੀਆਂ ਨੇ ਹਾਂ ਜੇ ਇਹ ਸਾਰੇ ਜਾਣੇ ਚਲਾਉਣ ਬਾਈ ਦੋ ਚਾਰ ਕਿੱਲਿਆਂ ਦੀ ਬਣਾਉਣ ਤਾਂ ਵੀ ਬਹੁਤ ਅੱਗ ਦਾ ਬਹੁਤ ਫਰਕ ਪਵੇ ਪਹਿਲਾਂ ਬਹੁਤ ਫਰਕ ਪਵੇ ਹਨਾ ਸੋ ਬਾਈ ਇਹਦਾ ਮੇਨ ਮੋਟਿਵ ਇਹੀ ਆ ਕਿ ਆਪਣਾ ਵਾਤਾਵਰਨ ਵੀ ਬਚਾਓ ਤੁਸੀਂ ਜਿਵੇਂ 1000 ਰੁਪਏ ਨੂੰ ਤੂੜੀ ਆ ਤੁਹਾਡਾ ਉਹ ਵੀ ਖਰਚਾ ਘਟੂਗਾ ਸੋ ਤੁਹਾਡਾ ਵਾਹਣ ਵੀ ਬਚੂਗਾ ਕਿਉਂਕਿ ਆਪਣੇ ਵਾਹਣ 'ਚ ਅੱਗ ਲਾਉਣੇ ਆ ਤਾਂ ਆਪਣੇ ਵਾਹਣ ਦੀ ਜਿਹੜੀ ਕੈਪੇਬਿਲਿਟੀ ਹੁੰਦੀ ਆ ਉਹ ਫਸਲ ਪੈਦਾ ਕਰਨ ਦੀ ਉਹ ਵੀ ਬਹੁਤ ਘਟ ਜਾਂਦੀ ਆ ਹਾਂ ਹਾਂ ਬਿਲਕੁਲ ਸੋ ਬਾਈ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਕੰਮ ਕਰ ਰਹੇ ਹੋ ਨਾ ਚਲੋ ਨਾਲੇ ਕੰਮ ਕਰ ਰਹੇ ਹੋ ਨਾਲੇ ਇੱਕ ਮੁਨਾਫਾ ਵੀ ਕਮਾ ਰਹੇ ਹੋ ਹਾਂ ਬਾਈ ਹਾਂ ਸੋ ਦੋਸਤੋ ਵੀਡੀਓ ਚੰਗੀ ਲੱਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਸਾਰੇ ਵੀਰਾਂ ਧੰਨਵਾਦ ਜੀ ਥੈਂਕ ਯੂ ਸ਼ੁਕਰੀਆ